ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਅਰਧਨਗਨ ਅਵਸਥਾ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਸੁੰਨਸਾਨ ਥਾਂ ਤੇ ਪਈ ਸੀ। ਕੋਲ ਇਸ ਦੇ ਮੋਟਰਸਾਈਕਲ ਡਿੱਗਿਆ ਹੋਇਆ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਹਾਲਾਤਾਂ ਦਾ ਜਾਇਜ਼ਾ ਲਿਆ। ਤਸਵੀਰਾਂ ਫਰੀਦਕੋਟ ਦੇ ਕੈਂਟ ਏਰੀਆ ਨੇੜੇ ਦੀਆਂ ਨੇ। ਮ੍ਰਿਤਕ ਦੀ ਪਛਾਣ 33 ਸਾਲਾਂ ਦੇ ਅਰਸ਼ ਦੀ ਵਜੋਂ ਹੋਈ, ਜੋ ਕਿ ਪਿੰਡ ਭਾਣਾ ਦਾ ਰਹਿਣ ਵਾਲਾ ਸੀ। ਇਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ, ਜਿਵੇਂ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੋਵੇ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਕਾਫੀ ਪੜ੍ਹਿਆ ਲਿਖਿਆ ਸੀ ਤੇ ਇਸਨੇ ਟੈਟ ਦਾ ਟੈਸਟ ਵੀ ਪਾਸ ਕੀਤਾ ਹੋਇਆ ਸੀ। ਮੌਕੇ ਤੇ ਨੌਜਵਾਨ ਦੇ ਸਕੇ ਸੰਬੰਧੀ ਪੁੱਜੇ ਨੇ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਰਧ ਨਗਨ ਅਵਸਥਾ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਡਿੱਗੀ ਪਈ ਸੀ, ਕੋਲ ਮੋਟਰਸਾਈਕਲ ਵੀ ਡਿੱਗਿਆ ਪਿਆ, ਤਾਂ ਪੁਲਿਸ ਹਰ ਐਂਗਲ ਤੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਇਸ ਦੀ ਮੌਤ ਦੇ ਪਿੱਛੇ ਵਜ੍ਹਾ ਕੀ ਰਹੀ ਹੋਵੇਗੀ। ਜਿਹੜੀ ਡੈਡ ਬੋਡੀ ਮਿਲੀ ਹੈ, ਕੌਣ ਬੰਦਾ ਕੋਈ ਲੱਗਿਆ ਪਤਾ? ਪਤਾ ਲੱਗਾ ਜੀ, ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਹਾਂ। ਇਹਦਾ ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਹੈ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ, ਇਸਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ। ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਣ ਮਗਰੋਂ ਸਨਸਨੀ ਫੈਲ ਗਈ। ਅਰਧਨਗਨ ਅਵਸਥਾ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਸੁੰਨਸਾਨ ਥਾਂ ਤੇ ਪਈ ਸੀ, ਕੋਲ ਇਸ ਦੇ ਮੋਟਰਸਾਈਕਲ ਡਿੱਗਿਆ ਹੋਇਆ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਹਾਲਾਤਾਂ ਦਾ ਜਾਇਜ਼ਾ ਲਿਆ। ਤਸਵੀਰਾਂ ਫਰੀਦਕੋਟ ਦੇ ਕੈਂਟ ਏਰੀਆ ਨੇੜੇ ਦੀਆਂ ਨੇ। ਮ੍ਰਿਤਕ ਦੀ ਪਛਾਣ 33 ਸਾਲਾਂ ਦੇ ਅਰਸ਼ ਦੀ ਵਜੋਂ ਹੋਈ, ਜੋ ਕਿ ਪਿੰਡ ਭਾਣਾ ਦਾ ਰਹਿਣ ਵਾਲਾ ਸੀ। ਇਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ, ਜਿਵੇਂ ਕੋਈ ਜ਼ਹਿਰੀਲੀ ਚੀਜ਼ ਨਿਗਲੀ ਹੋਵੇ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਕਾਫੀ ਪੜ੍ਹਿਆ ਲਿਖਿਆ ਸੀ ਤੇ ਇਸਨੇ ਟੈਟ ਦਾ ਟੈਸਟ ਵੀ ਪਾਸ ਕੀਤਾ ਹੋਇਆ ਸੀ। ਮੌਕੇ ਤੇ ਨੌਜਵਾਨ ਦੇ ਸਕੇ ਸੰਬੰਧੀ ਪੁੱਜੇ ਨੇ। ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਰਧਨਗਨ ਅਵਸਥਾ ਦੇ ਵਿੱਚ ਇਸ ਨੌਜਵਾਨ ਦੀ ਲਾਸ਼ ਡਿੱਗੀ ਪਈ ਸੀ, ਕੋਲ ਮੋਟਰਸਾਈਕਲ ਵੀ ਡਿੱਗਿਆ ਪਿਆ, ਤਾਂ ਪੁਲਿਸ ਹਰ ਐਂਗਲ ਤੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਆਖਿਰਕਾਰ ਇਸ ਦੀ ਮੌਤ ਦੇ ਪਿੱਛੇ ਵਜ੍ਹਾ ਕੀ ਰਹੀ ਹੋਵੇਗੀ। ਜਿਹੜੀ ਡੈਡ ਬੋਡੀ ਮਿਲੀ ਹੈ, ਕੌਣ ਬੰਦਾ ਕੋਈ ਲੱਗਿਆ ਪਤਾ? ਪਤਾ ਲੱਗਾ ਜੀ, ਅਰਸ਼ਦੀਪ ਸਿੰਘ, ਪਿਓ ਦਾ ਨਾਂ ਚਰਨਜੀਤ ਸਿੰਘ ਹੈ ਤੇ ਪਿੰਡ ਭਾਣਾ ਇਹਦਾ। ਕਿਵੇਂ ਕੀ ਹਾਲਾਤ ਨੇ ਦੇਖੀ? ਹਾਲੇ ਚੱਲ ਰਹੀ ਹੈ, ਤਫਤੀਸ਼ ਵਾਰਸ ਆ ਰਹੇ ਹੈ, ਕੋਈ ਉਹਦੇ ਬਾਰੇ ਪਤਾ ਕਰਦੇ ਹਾਂ। ਇਹਦਾ ਪਤਾ ਲੱਗਾ ਸੀ MC ਸਾਹਿਬ ਨੂੰ, ਕਮਲਜੀਤ ਸਿੰਘ ਨੂੰ, ਉੱਥੋਂ ਸਾਨੂੰ ਫੋਨ ਗਿਆ 8 ਵਜੇ ਦੇ ਕਰੀਬ ਕਿ ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਬਾਕੀ ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੋਈ ਹਾਲਾਤ ਕੀ ਹੈ ਇਸ ਵਕਤ ਦੇ, ਤੁਹਾਨੂੰ ਮਤਲਬ ਕੋਈ ਲੱਗਦਾ ਕੁਛ? ਹਾਲਾਤ ਇਹਦੇ ਜੀ ਹੁਣ ਤੁਹਾਨੂੰ ਸਾਹਮਣੇ ਇਹਦਾ ਦਿਸੀ ਜਾਂਦਾ ਹੈਗਾ ਕਿ ਅਜੇ ਕੁਛ ਕਹਿ ਨਹੀਂ ਸਕਦੇ ਇਸ ਬਾਰੇ, ਇਸਦੇ ਬਾਰੇ ਜੋ ਡਾਕਟਰ ਨੇ ਰਿਪੋਰਟ ਆ ਟੈਕਨੀਕਲ ਤੌਰ 'ਤੇ ਪਤਾ ਲੱਗਿਆ।